ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਕਹਾਵਤ ਹਰ 6 ਮਹੀਨੇ ਬਾਅਦ ਪੰਜਾਬ 'ਚ ਦੇਖਣ ਨੂੰ ਮਿਲਦੀ ਹੈ, ਖਾਸ ਕਰਕੇ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਤਬਕਾ ਆ। ਮਰ ਮਰ ਕੇ ਕਦੇ ਕਣਕ ਬੀਜਦੇ ਨੇ, ਮਰ ਮਰ ਕੇ ਕਦੇ ਜੀਰੀ ਬੀਜਦੇ ਨੇ। ਜਦੋਂ ਫਸਲ ਪੱਕ ਜਾਂਦੀ ਆ, ਪੱਕ ਕੇ ਪੱਕਣ ਤੋਂ ਬਾਅਦ ਫਿਰ ਰੱਬ ਅੱਗੇ ਦੁਆਵਾਂ ਕਰਦੇ ਨੇ ਵੀ ਰੱਬਾ ਕਿਤੇ ਮੀਂਹ ਨਾ ਪੈ ਜਾਵੇ। ਜੇ ਰੱਬ ਵੀ ਮਿਹਰ ਕਰ ਦੇਵੇ ਫਿਰ ਮੰਡੀਆਂ 'ਚ ਫਸਲ ਰੁੜਦੀ ਰਹਿੰਦੀ ਆ। ਅੱਜ ਫਿਰ ਬਠਿੰਡਾ ਜਿਹੜਾ ਹਾਈਵੇ ਆ, ਚੰਡੀਗੜ੍ਹ ਬਠਿੰਡਾ ਹਾਈਵੇ ਆ, ਰਸਤੇ ਵਿੱਚ ਇੱਕ ਪਿੰਡ ਪੈਂਦਾ ਛੋਟਾ ਜਿਹਾ ਹਰੀਗੜ੍ਹ, ਉਹਦੇ ਉੱਪਰ ਕਿਸਾਨ ਵੀ ਧਰਨਾ ਲਾ ਕੇ ਬੈਠੇ ਹੋਏ ਨੇ, ਨਾਲ ਬੀਬੀਆਂ ਵੀ ਧਰਨੇ 'ਤੇ ਬੈਠੀਆਂ ਹੋਈਆਂ ਨੇ। ਕੀ ਇਹਨਾਂ ਦੀ ਮੁਸ਼ਕਲ ਆ, ਹੁਣ ਫਿਰ ਇਹਨਾਂ ਨੂੰ ਕੀ ਲੋੜ ਪੈ ਗਈ ਧਰਨਾ ਲਾਉਣ ਦੀ, ਇਹ ਸਾਰੀ ਜਾਣਕਾਰੀ ਆਪਾਂ ਲੈਂਦੇ ਹਾਂ ਅਤੇ ਤੁਹਾਨੂੰ ਦੱਸ ਦਿਆਂਗੇ। ਅੱਜ ਕਿਉਂ ਇਹਨਾਂ ਨੂੰ ਆਪਣੇ ਕੰਮ ਕਾਰ ਛੱਡ ਕੇ, ਮੰਡੀ ਦੇ ਵਿੱਚ ਪਈ ਹੋਈ ਫਸਲ ਨੂੰ ਛੱਡ ਕੇ ਇੱਥੇ ਧਰਨੇ ਦੇ ਉੱਪਰ ਬੈਠਣਾ ਪਿਆ? ਕੀ ਨਾਮ ਹੈ ਜੀ ਆਪਣਾ? ਚਮਕੌਰ ਸਿੰਘ ਜੀ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ, ਜ਼ਿਲ੍ਹਾ ਬਰਨਾਲਾ। ਅੱਜ ਦਾ ਜਿਹੜਾ ਧਰਨਾ ਲੱਗਿਆ ਹੋਇਆ ਜੀ, ਕਿਸ ਸੰਬੰਧ ਵਿੱਚ ਆ ਜੀ? ਅੱਜ ਦਾ ਧਰਨਾ ਜਿਹੜਾ ਲੱਗਿਆ ਹੋਇਆ ਸਾਡਾ, ਇਹ ਜੋ ਝੋਨੇ ਦੀ ਖਰੀਦ ਹੈ ਮੰਡੀਆਂ 'ਚ, ਬਹੁਤ ਸੁਸਤ ਰਫ਼ਤਾਰ ਨਾਲ ਚੱਲ ਰਹੀ ਹੈ, ਕਿਸਾਨ ਰੁੜ ਰਹੇ ਹੈ। ਕਿਉਂਕਿ ਸਾਨੂੰ ਪਹਿਲਾਂ ਹੀ ਪਤਾ ਸੀ, ਜਦੋਂ ਸਰਕਾਰ ਨੇ ਝੋਨੇ ਦੀ ਲਵਾਈ ਲੇਟ ਕਰਤੀ ਸੀ ਤਾਂ ਉਦੋਂ ਹੀ ਪਤਾ ਸੀ ਵੀ ਇਹਦੀ ਨਵੀਂ 17% ਆਉਣੀ ਨਹੀਂ ਅਤੇ ਝੋਨੇ ਦੀ ਖਰੀਦ ਹੋਣੀ ਨਹੀਂ, ਕਿਉਂਕਿ ਝੋਨੇ ਦੀ ਨਵੀਂ 18, 19, 20, 22 ਆ ਰਹੀ ਆ। ਉਹਦਾ ਕਰਕੇ ਜਿਹੜੀ ਹੈ ਝੋਨੇ ਦੀ ਪੰਜਾਬ ਦੇ ਵਿੱਚ ਹੀ ਹੈ, ਖਾਸ ਕਰ ਆਪਣੇ ਬਰਨਾਲੇ ਜ਼ਿਲ੍ਹੇ 'ਚ ਜ਼ਿਆਦਾ, ਇੱਥੇ 17% ਤੋਂ ਵੱਧ ਨਹੀਂ ਖਰੀਦਿਆ, ਜਦੋਂ ਕਿ ਆਪਣੇ ਨਾਲ ਲੱਗਦੇ ਬਠਿੰਡੇ ਜ਼ਿਲ੍ਹੇ 'ਚ 19, 20, ਮਾਨਸਾ 'ਚ, ਸੰਗਰੂਰ 'ਚ 19, 20 ਖਰੀਦਿਆ ਜਾ ਰਿਹਾ। ਦੂਜਾ ਇੱਥੇ ਜਿਹੜੇ ਸੈਲਰ ਹੈ, ਮਾਲਕ ਹੈ ਅਤੇ ਆੜ੍ਹਤੀਏ ਅਤੇ ਜੋ ਖਰੀਦ ਇੰਸਪੈਕਟਰ ਹੈ, ਸਾਰੇ ਰਲੇ ਮਿਲੇ ਹੈ। ਕਿਸਾਨਾਂ ਤੋਂ 2-2, 4-4 ਕਿਲੋ ਗੱਟੇ ਮਗਰ ਕਾਰਡ ਲੈਣ ਦੀ ਨੀਤ ਨਾਲ ਇਹ ਸਾਰਾ ਖਰੀਦ 'ਚ ਖਰਲ ਪਾਇਆ ਜਾ ਰਿਹਾ। ਇਹ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਜਿਹੜਾ ਸਾਡਾ ਹਰੀਗੜ੍ਹ ਰੋਡ ਜਾਮ ਹੈ ਕਿ ਖਰੀਦਾਂ ਦਾ ਪ੍ਰਬੰਧ ਠੀਕ ਕੀਤਾ ਜਾਵੇ, ਪਰ ਹਾਲੇ ਤਾਈਂ ਕੋਈ ਅਧਿਕਾਰੀ ਸਾਡੇ ਨਾਲ ਗੱਲ ਕਰਨ ਵਾਸਤੇ ਨਹੀਂ ਆਇਆ। ਅੱਛਾ, ਤੁਹਾਡੇ ਹਿਸਾਬ ਨਾਲ ਜਿਹੜੀ ਨਵੀਂ ਆ ਉਹ ਕਿੰਨੀ ਹੋਣੀ ਚਾਹੀਦੀ ਹੈ, ਕਿੰਨਾ ਕੁ ਜਿਹੜੀ ਉਹ ਹੋਵੇ ਅਤੇ ਫਸਲ ਜਿਹੜੀ ਚੱਕਣੀ ਚਾਹੀਦੀ ਹੈ? ਅਸੀਂ ਝੋਨੇ ਦੀ ਨਵੀਂ ਦੀ ਮੰਗ ਕਰਦੇ ਹਾਂ ਵੀ 22% ਹੋਣੀ ਚਾਹੀਦੀ ਹੈ, ਵੀ 22 ਤੋਂ ਘੱਟ ਜਿਹੜੇ ਹੁਣ ਝੋਨੇ ਵੱਢਣਗੇ, ਕਿਉਂਕਿ ਠੰਡ ਦਾ ਮੌਸਮ ਆ ਗਿਆ, ਇਹਨਾਂ ਦੀ 22% ਤੋਂ ਨਵੀਂ ਕਿਸੇ ਹਾਲਤ 'ਚ ਵੀ ਨਹੀਂ ਘਟਣੀ, ਇਹ ਤਾਂ ਗਾਹਾਂ ਹੀ ਆਊ 22 ਤੋਂ ਵੀ। ਅੱਛਾ, ਇੱਕ ਹੋਰ ਜਿਹੜਾ ਜਦੋਂ ਝੋਨਾ ਵੱਢਿਆ ਜਾਂਦਾ, ਪਰਾਲੀ ਜਿਹੜੀ ਨੂੰ ਅੱਗ ਨਹੀਂ ਲਾਉਣੀ, ਉਹ ਮੁੱਦਾ ਗਰਮਾ ਜਾਂਦਾ ਹੈ, ਹੁਣ ਵੀ ਪੰਜਾਬ ਸਰਕਾਰ ਲਗਾਤਾਰ ਬੇਨਤੀਆਂ ਕਰ ਰਹੀ ਆ, ਉਹਨੂੰ ਤੁਸੀਂ ਕਿਵੇਂ ਕਹਿਣਾ ਚਾਹੁੰਦੇ ਹੋ? ਜਿਹੜਾ ਪਰਾਲੀ ਦਾ ਮੁੱਦਾ, ਅਸੀਂ ਇਹਨੂੰ ਸਾਰਾ ਕੁਝ ਸਮਝਦੇ ਹਾਂ ਵੀ ਇਹ ਪ੍ਰਦੂਸ਼ਣ ਫੈਲਾਉਂਦੀ ਹੈ, ਪਰ ਕਿਸਾਨਾਂ ਦੀ ਮਜਬੂਰੀ ਹੈ ਪਰਾਲੀ ਨੂੰ ਅੱਗ ਲਾਉਣੀ। ਪਰਾਲੀ ਦਾ ਪ੍ਰਦੂਸ਼ਣ ਸਿਰਫ 8% ਹੈ, ਦੂਜਾ 92% ਹੈ। ਕਿਸਾਨ ਇਹਨਾਂ ਦੀ ਬਾਂਹ ਫੜੇ, ਜੋ ਗਨੀ ਇੰਟਰਵਿਊ ਉਹਨਾਂ ਨੇ ਹਦਾਇਤਾਂ ਕਰੀਆਂ, ਸਰਕਾਰ ਉਹਦੀ ਕਿਸਾਨਾਂ ਨੂੰ ਵੀ ਜੋ ਹਦਾਇਤਾਂ ਕਰੀਆਂ ਵੀ ਕਿਸਾਨਾਂ ਨੂੰ ਆਹ ਕੁਛ ਦਿਓ, ਜੇ ਉਹ ਦਿੰਦੀ ਹੈ ਤਾਂ ਕਿਸਾਨ ਆਪ ਹੀ ਨਹੀਂ ਪਰਾਲੀ ਨੂੰ ਅੱਗ ਲਾਉਂਦੇ, ਕਿਸਾਨ ਪ੍ਰਬੰਧ ਕਰ ਲੈਣਗੇ। ਸਾਡੀ ਜਥੇਬੰਦੀਆਂ ਦੀ ਪਹਿਲਾਂ ਮੰਗ ਸੀ, ਸਾਰੀਆਂ ਦੀ, 7 ਜਥੇਬੰਦੀਆਂ ਦੀ, ਵੀ ਜਾਂ ਤਾਂ 200 ਰੁਪਈਆ ਕੁਇੰਟਲ ਦਾ ਬੋਨਸ ਦਿਓ, ਨਹੀਂ ਫਿਰ ਅੱਗ ਲਾਉਣਗੇ। ਜੇ 200 ਰੁਪਈਆ ਕੁਇੰਟਲ ਦਾ ਬੋਨਸ ਦਿੰਦੇ ਆ, ਕਿਸਾਨ ਆਪਦਾ ਖਰਚਾ ਕਰਕੇ ਸਾਂਭ ਲੈਣਗੇ। ਕਿਸਾਨ ਤਾਂ ਬਹੁਤ ਆਰਥਿਕ ਬੋਝ ਚਾਹੀਤੀ, 5-7 ਕੁਇੰਟਲ ਝਾੜ ਹੀ ਘੱਟ ਗਿਆ ਜੀਰੀ ਦਾ, ਹੋਰ ਜਿਹਦੇ ਨਾਲ 1800 ਕਰੋੜ ਰੁਪਈਏ ਦਾ ਨੁਕਸਾਨ ਕਿਸਾਨਾਂ ਦਾ ਹੋ ਜਾਣਾ, ਝਾੜ ਘਟਣਾ। ਸੋ ਇਹ ਪਰਾਲੀ ਦਾ ਮੁੱਦਾ ਜਿਹੜਾ, ਕਿਸਾਨਾਂ ਦੀ ਮਜਬੂਰੀ ਹੈ, ਕੋਈ ਸ਼ੌਂਕ ਨਹੀਂ। ਜੇ ਸਰਕਾਰ ਜੁਰਮਾਨੇ ਪਾਉਂਦੀ ਆ, ਅਸੀਂ ਉਹਦੇ 'ਤੇ ਸੰਘਰਸ਼ ਕਰਾਂਗੇ, ਕਿਸੇ ਹਾਲਤ 'ਚ ਵੀ ਕਿਸਾਨਾਂ ਨੂੰ ਜੁਰਮਾਨਾ ਨਹੀਂ ਪੈਣ ਦੇਵਾਂਗੇ। ਜੇ ਸਰਕਾਰ ਮਦਦ ਦਿੰਦੀ ਆ 200 ਰੁਪਈਆ ਕੁਇੰਟਲ ਬੋਨਸ, ਤਾਂ ਅਸੀਂ ਕਿਸਾਨਾਂ ਨੂੰ ਸਮਝਾ ਲਾਂਗੇ ਵੀ ਅੱਗ ਨਾ ਲਾਓ, ਤਾਂ ਪ੍ਰਬੰਧ ਕਰ ਲਾਂਗੇ ਉਹਦਾ। ਹੋਰ ਵੀ ਕਿਸਾਨ ਆਗੂ ਸਾਡੇ ਨਾਲ ਜੁੜੇ, ਉਹਨਾਂ ਨੂੰ ਵੀ ਸੰਖੇਪ ਦੇ ਵਿੱਚ ਪੁੱਛਣਾ ਚਾਹੁੰਦੇ, ਕੀ ਕਹਿੰਦੇ ਨੇ? ਕੀ ਨਾਂ ਹੈ ਜੀ ਆਪਣਾ? ਮੇਰਾ ਨਾਮ ਜਰਨੈਲ ਸਿੰਘ ਬਦਰਾ ਜੀ, ਜ਼ਿਲ੍ਹਾ ਜਨਰਲ ਸਕੱਤਰ ਜੀ। ਕੀ ਕਹਿਣਾ ਚਾਹੁੰਦੇ ਜੀ? ਅਸੀਂ ਇਹ ਗੱਲ ਕਹਿਣੀ ਚਾਹੁੰਦੇ ਕਿ ਜਦੋਂ ਸਰਕਾਰ ਨੂੰ ਪਤਾ ਹੈ ਵੀ ਇਹ ਇੱਕ ਪਰਾਲੀ ਦਾ ਮੁੱਦਾ, ਜਦੋਂ ਪਰਾਲੀ ਨੂੰ ਅਸੀਂ ਅੱਗ ਲਾਉਂਦੇ ਹਾਂ, ਸਭ ਤੋਂ ਪਹਿਲਾਂ ਉਹਦੇ ਵਿੱਚ ਸਾਡਾ ਕਿਸਾਨ ਜਾਂ ਕਿਸਾਨ ਦਾ ਬੱਚਾ ਜਾਂ ਉਹਦਾ ਸੀਰੀ ਹੁੰਦਾ ਹੈਗਾ, ਸਭ ਤੋਂ ਪਹਿਲਾਂ ਉਹਨੂੰ ਜਿਹੜੀ ਧੂੰਆਂ ਉਹਨੂੰ ਚੜ੍ਹਦਾ ਹੈਗਾ।
ਪਰ ਅਸੀਂ ਜਿਹੜੀਆਂ ਦੂਸਰੀਆਂ ਜਿਵੇਂ ਫੈਕਟਰੀਆਂ ਜਾਂ ਹੋਰ ਜਿਹੜੇ ਵਹੀਕਲ ਚੱਲਦੇ ਆ ਉਹ ਪ੍ਰਦੂਸ਼ਣ ਫੈਲਾ ਰਹੇ ਹੈਗੇ। ਅਸੀਂ ਉਹਨਾਂ ਮੁਤਾਬਕ ਗੰਦ ਨਹੀਂ ਪਾਉਣਾ ਚਾਹੁੰਦੇ। ਅੱਗ ਲਾਉਣ ਨਾਲ ਸਾਨੂੰ ਪਤਾ ਸਾਡੇ ਮਿੱਤਰ ਕੀੜੇ ਮੱਚਦੇ ਆ, ਪਰ ਸਾਨੂੰ ਮਜਬੂਰੀ ਬਸ ਅੱਗ ਲਾਉਣੀ ਪੈਂਦੀ ਹੈ। ਦੂਸਰੀ ਗੱਲ, ਮੰਡੀਆਂ ਦੇ ਵਿੱਚ ਅਸੀਂ ਦੌਰਾ ਕੀਤਾ, ਜਿਹੜੇ ਮੇਨ ਇੰਸਪੈਕਟਰ ਹੈਗੇ ਉਹ ਸੈਲਰ ਮਾਲਕਾਂ ਨਾਲ ਮਿਲ ਕੇ ਕਿਸਾਨਾਂ ਦੀ ਸੈੱਲ ਲਾ ਰਹੇ ਨੇਗੇ। ਇਸ ਤਰ੍ਹਾਂ ਨੇੜੇ ਆਪਣੇ ਬਾਦਰੇ ਦੇ ਵਿੱਚ ਇੱਕ ਇੰਸਪੈਕਟਰ ਹੈ ਪ੍ਰਵੀਨ ਕੁਮਾਰ, ਉਹ ਗੁਪਤਾ ਰਾਈਜ ਮਿਲ ਨਾਲ ਮਿਲਿਆ ਹੋਇਆ ਹੈਗਾ। ਜਿਹੜਾ ਉਹਦਾ ਮੁਕਚਰ ਮੀਟਰ ਹੈਗਾ ਉਹ ਗਲਤ ਹੈਗਾ, ਉਹ 16 ਮੁਕਚਰ ਆਉਂਦਾ ਹੈਗਾ ਉਹਨੂੰ 19.5 ਦੱਸ ਰਿਹਾ ਹੈਗਾ। ਜਦੋਂ ਕੱਲ੍ਹ ਕਿਸਾਨਾਂ ਨੇ ਘੇਰਿਆ ਤਾਂ ਉਹਦਾ ਮੁਕਚਰ ਮੀਟਰ ਚੈੱਕ ਕੀਤਾ ਤਾਂ ਉਹ ਜਿਹੜਾ ਮੁਕਚਰ ਮੀਟਰ ਸੀ ਉਹ 19.5 ਦੱਸ ਰਿਹਾ ਸੀ, ਜਦੋਂ ਕਿ ਸੈਲਰ ਦੇ ਵਿੱਚ ਜਾ ਕੇ ਪੁੱਛਿਆ ਤਾਂ ਉਹ 16 ਦੱਸ ਰਿਹਾ ਸੀਗਾ। ਉਹ ਕਿਸਾਨਾਂ ਨੂੰ ਕਹਿੰਦਾ ਵੀ ਚਲੋ ਆਪਾਂ ਸੈਲਰ ਵਿੱਚ ਚੱਲਦੇ ਹਾਂ, ਉੱਥੇ ਜਾ ਕੇ ਮੁਕਚਰ ਮੀਟਰ ਦੇਖ ਦਿਆਂਗੇ। ਉੱਥੇ ਭਰਾ ਗਲਤੀ ਕਹਿੰਦਾ ਮੇਰੀ ਗਲਤੀ ਆ, ਮੈਂ ਹੁਣ ਨਹੀਂ ਆਉਂਦਾ। ਬਾਦਰੇ ਦੇ ਵਿੱਚ ਅਜੇ 1600 ਗੱਟਾ ਲੱਗਿਆ ਜਿਹਦੇ ਵਿੱਚੋਂ 2 ਗੱਡੀਆਂ ਮੁੜ ਵੀ ਆਈਆਂ। ਅਸੀਂ ਮੰਗ ਕਰਦੇ ਹਾਂ ਨਾ ਤਾਂ ਉਹ ਸੈਲਰ ਬਦਲਿਆ ਜਾਵੇ, ਨਾ ਜਿਹੜਾ ਉਹ ਇੰਸਪੈਕਟਰ ਹੈਗਾ ਪ੍ਰਵੀਨ ਕੁਮਾਰ ਉੱਥੇ ਪਰਚਾ ਦਰਜ ਕੀਤਾ ਜਾਵੇ। ਕਿਸਾਨਾਂ ਵੱਲੋਂ ਗੰਭੀਰ ਆਰੋਪ ਅਧਿਕਾਰੀਆਂ 'ਤੇ ਵੀ ਨੇ, ਸੈਲਰ ਮਾਲਕਾਂ 'ਤੇ ਵੀ ਨੇ। ਦੇਖਣ ਵਾਲੀ ਗੱਲ ਇਹ ਹੈ ਜਿਹੜੀ ਰੁੱਤ ਦੇ ਵਿੱਚ ਇਹਨਾਂ ਨੇ ਕੰਮ ਕਰਨਾ ਆ, ਆਪਣੀ ਪਹਿਲਾਂ ਤਾਂ ਫਸਲ ਪੁੱਤਾਂ ਧੀਆਂ ਵਾਂਗੂ ਪਾਲ ਕੇ ਮੰਡੀ ਵਿੱਚ ਸੁੱਟ ਕੇ ਆਪ ਧਰਨਿਆਂ 'ਤੇ ਬੈਠੇ ਨੇ, ਅੱਗੋਂ ਫਿਰ ਕਣਕ ਦੇ ਬੀਜਣ ਦਾ ਵੀ ਟਾਈਮ ਨੇੜੇ ਆਉਂਦਾ ਜਾ ਰਿਹਾ ਆ। ਦੇਖਣ ਵਾਲੀ ਗੱਲ ਇਹ ਹੁਣ ਪ੍ਰਸ਼ਾਸਨ ਕਿੰਨੀ ਕੁ ਜਲਦੀ ਇਹਨਾਂ ਦਾ ਮਸਲਾ ਹੱਲ ਕਰਕੇ ਇਹਨਾਂ ਨੂੰ ਵਿਹਲੇ ਕਰਦਾ ਹੈ ਤਾਂ ਜੋ ਇਹ ਜਿਹੜੇ ਫਿਰ ਦੁਬਾਰਾ ਦਾਣੇ ਬੀਜ ਸਕਣ। ਧੰਨਵਾਦ। ਮੈਂ ਜੀ ਮੋਹਨ ਸਿੰਘ ਰੂੜੇਕੇ ਜੀ, ਕੀ ਕਹਿਣਾ, ਜ਼ਿਲ੍ਹਾ ਮੀਤ ਪ੍ਰਧਾਨ, ਹਾਂਜੀ, ਪੰਜਾਬ ਕਿਸਾਨ ਯੂਨੀਅਨ ਜੀ। ਸਾਡੀ ਜਿਹੜੀ ਕਿਸਾਨਾਂ ਦੀ ਜਿਹੜੀ ਹਾਲਤ ਹੈ ਅੱਜ, ਕਿਸਾਨ ਅੱਜ ਬੜੀ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ। ਕਿਸਾਨ ਦੀ ਮਦਦ ਨਾ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ, ਇਹਨਾਂ ਦੀ ਮਦਦ ਕੋਈ ਨਹੀਂ ਕਰਦੀ। ਕਿਸਾਨ ਫਸਲ ਆ ਜਿਹੜੀ ਕਿਸਾਨ ਦੀ, ਅੱਜ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਸਾਡੀਆਂ ਫਸਲਾਂ ਦਾ ਕੋਈ ਉਹਨਾਂ ਦਾ ਕੋਈ ਚੱਕਣ ਦਾ ਜਾਂ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ। ਇਹ ਸਰਕਾਰ ਦੀਆਂ ਗਲਤ ਨੀਤੀਆਂ। ਜਿਹੜੇ ਮੰਡੀਆਂ ਦੇ ਵਿੱਚ ਵਾਊਚਰ ਦੀ ਗੱਲ ਕਰਦੇ ਹਾਂ, ਵਾਊਚਰ ਤਾਂ ਮੰਡੀ ਦੇ ਵਿੱਚ ਕਦੇ ਵਾਸਤੇ ਵੀ, ਜੇ 17 ਨਾਲ ਤਾਂ ਮੰਡੀ ਦੇ ਵਿੱਚ ਬਿਲਕੁਲ ਝੋਨਾ ਚੱਕਿਆ ਨਹੀਂ ਜਾ ਸਕਦਾ। ਮੰਡੀ ਦੇ ਵਿੱਚ ਵਾਊਚਰ ਆ ਜਿਹੜਾ ਉਹ ਅਸੀਂ 22% ਦੀ ਮੰਗ ਕਰਦੇ ਹਾਂ। ਜੇ 22% ਝੋਨਾ ਤੁਸੀਂ ਮਤਲਬ ਕਿ ਨਵੀਂ 22% ਦੀ ਕਰਦੇ ਹੋ ਤਾਂ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਆਊਗੀ। ਇਹ ਜਿਹੜਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਅੱਜ ਕਿਸਾਨ ਬੜੀ ਭੈੜੀ ਸੰਕਟ ਦੇ ਵਿੱਚ ਫਸਿਆ ਹੋਇਆ ਹੈ। ਸਰਕਾਰ ਦੀਆਂ ਨੀਤੀਆਂ ਨੂੰ ਹੋਰ ਉਲਝਾਉਂਦੀਆਂ ਨੇ। ਸਰਕਾਰ ਦੀ ਨੀਤੀ ਇਹਨਾਂ ਨੂੰ ਜ਼ਮੀਨ 'ਚੋਂ ਬੇਦਖਲ ਕਰਨ ਦੀ ਹੈ। ਅਸੀਂ ਮਤਲਬ ਕਿ ਮੋਦੀ ਸਰਕਾਰ ਦਾ ਅਤੇ ਪੰਜਾਬ ਕਿਸਾਨ ਦੀਆਂ ਨੀਤੀਆਂ ਦਾ ਜਿਹੜਾ ਵਿਰੋਧ ਕਰਦੇ ਹਾਂ। ਹਾਂ, ਪਰਾਲੀ ਦਾ ਮਸਲਾ ਸੀ ਜਿਹੜਾ, ਉਹ ਪਰਾਲੀ ਦਾ ਮਸਲਾ ਜਾਣ ਬੁੱਝ ਕੇ ਇਹਨਾਂ ਨੇ ਕਿਸਾਨਾਂ ਦੇ ਮਤਲਬ ਕਿ ਜੁੰਮੇ ਥੋਪਤਾ। ਉਹਦੇ 'ਚ ਜਿਹੜੀ ਜ਼ਿੰਮੇਵਾਰੀ ਹੈਗੀ ਉਹ ਸਰਕਾਰ ਦੀ ਬਣਦੀ ਹੈ। ਜਾਂ ਤਾਂ ਆਪਦੀ ਪਰਾਲੀ ਨੂੰ ਸਾਂਭੇ, ਜਾਂ ਪਰਾਲੀ ਨੂੰ ਜਾਂ ਕਿਸਾਨਾਂ ਨੂੰ ਜੋ ਮਦਦ ਕਰੇ, ਹਮਾਇਤ ਕਰੇ। ਅਸੀਂ 6000 ਰੁਪਈਆ ਏਕੜ ਦਾ ਮੰਗਿਆ ਸੀ, ਉਹਦੇ ਤੋਂ ਸਰਕਾਰ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਆਪਦੀਆਂ ਮਤਲਬ ਕਿ ਉਹਦੇ ਤੋਂ ਆਪਦੇ ਵਾਅਦਿਆਂ ਤੋਂ ਪਿੱਛੇ ਹਟ ਚੁੱਕੀ ਹੈ। ਇਸੇ ਕਰਕੇ ਸਾਡੀ ਮਜਬੂਰੀ ਕਾਰਨ ਜਿਹੜੀ ਅਸੀਂ ਪਰਾਲੀ ਨੂੰ ਸਮੇਟਦੇ ਹਾਂ, ਉਹ ਅਸੀਂ ਇਸੇ ਕਰਕੇ ਸਮੇਟਦੇ ਹਾਂ। ਮੂਹਰੇ ਜਿਹੜੀ ਕਣਕ ਦੀ ਫਸਲ ਦੀ ਬਿਜਾਈ ਹੈ ਉਹ ਬੜੀ ਮਤਲਬ ਕਿ ਢੁੱਕਵਾਂ ਸਮਾਂ ਨੇੜੇ ਆ। ਬਿਲਕੁਲ, ਸਿਰਫ ਸਾਰਾ ਮਜਬੂਰੀ ਕਰਕੇ ਹੀ ਕਰਨਾ ਪੈਂਦਾ, ਚਾਹੇ ਧਰਨਾ ਲਾਉਣਾ ਪਵੇ, ਚਾਹੇ ਪਰਾਲੀ ਨੂੰ ਅੱਗ ਲਾਉਣੀ ਪਵੇ, ਖੁਸ਼ੀ ਨਾਲ ਕੋਈ ਨਹੀਂ ਕਰਦਾ ਜੀ। ਧਰਨੇ ਦੇ ਵਿੱਚ ਸਿਰਫ ਕਿਸਾਨ ਵੀਰ ਹੀ ਨਹੀਂ, ਉਹਨਾਂ ਦੇ ਪਰਿਵਾਰ ਵੀ ਸ਼ਾਮਿਲ ਹੋਏ ਹੋਏ ਨੇ। ਇੱਕ ਬੀਬੀ ਬੈਠੀ ਆਪਾਂ ਨਾਲ ਗੱਲਬਾਤ ਕਰਦੇ ਆ। ਬੀਬੀ ਕਿਵੇਂ ਬੈਠੇ ਹੋ ਧਰਨੇ 'ਚ? ਸਾਡਾ ਝੋਨਾ ਵੀਰ ਪਹਿਲਾਂ ਲਾਉਣ ਤੋਂ ਲੇਟ ਕੀਤਾ, ਹੁਣ ਵੇਚਣ ਤੋਂ ਵੀ ਲੇਟ ਕਰਦੇ ਨੇ। ਹਾਂਜੀ, ਹੁਣ ਕਿਹੜਾ ਧੁੱਪਾਂ ਪੈਂਦੀਆਂ ਵੀ ਸਾਡਾ ਝੋਨਾ ਸੁੱਕ ਜਾਊਗਾ। ਜਿੰਨਾ ਲੇਟ ਆਇਆ ਉਹਨਾਂ ਗਿੱਲਾ ਹੀ ਆਊਗਾ, ਸੁੱਕਣਾ ਤਾਂ ਹੈ ਨਹੀਂਗਾ ਉਹਨੇ। ਹਾਂ, ਤੁਸੀਂ ਘਰ ਬਾਰ ਛੱਡ ਕੇ ਬੈਠੇ ਜੀ? ਉੱਥੇ ਬਾਹਰ ਤਾਂ ਅਸੀਂ ਬੱਚੇ ਛੱਡ ਕੇ ਆਏ, ਬਾਈ ਰੋਂਦੇ ਨੇ, ਘਰ ਰੋਂਦੇ ਨੇ, ਤਾਂ ਅਸੀਂ ਸੜਕਾਂ 'ਤੇ ਬੈਠੇ ਧੁੱਪੇ। ਸਾਡਾ ਕਿਹੜਾ ਜੀ ਕਰਦਾ ਧੁੱਪੇ ਬੈਠਣ ਨੂੰ ਇੱਥੇ? ਹਾਂ,
ਗੱਲ ਸੋਚਣ ਵਾਲੀ ਆ। ਪਹਿਲਾਂ ਤਾਂ ਬਿਜਾਈ ਸੀ ਜਿਹੜੀ ਉਹ ਲੇਟ ਕਰਤੀ, ਹੁਣ ਮੌਸਮ ਆ ਜਿਹੜਾ ਤਰੇਲਾਂ ਪੈਣ ਦਾ ਆ, ਮੰਡੀਆਂ 'ਚ ਪਿਆ ਵੀ ਝੋਨਾ ਗਿੱਲਾ ਹੀ ਹੋਊਗਾ, ਸੁੱਕੂਗਾ ਕਿਵੇਂ? ਧੁੱਪਾਂ ਜਿਹੜੀ ਜੂਨ ਜੁਲਾਈ 'ਚ ਪੈਂਦੀਆਂ ਨੇ ਜਾਂ ਅਗਸਤ ਤੱਕ ਪੈਂਦੀ ਆ, ਉਹ ਤਾਂ ਹੁਣ ਪੈ ਨਹੀਂ ਰਹੀ, ਫਿਰ ਸੁੱਕਣਾ ਤੋਂ ਝੋਨਾ ਕਿਵੇਂ ਸੁੱਕੂਗਾ? ਇਹ ਸਰਕਾਰ ਨੂੰ ਖੁਦ ਵੀ ਸੋਚਣਾ ਚਾਹੀਦਾ ਹੈ ਜੀ। ਬੋਲ ਰਹੇ ਨੇ ਵੀ ਸੜਕ 'ਤੇ ਬੈਠਣਾ ਸਾਡਾ ਸ਼ੌਕ ਨਹੀਂ ਹੈਗਾ, ਇਹ ਕਦੇ ਬਾਦਲ ਸਰਕਾਰ ਆ ਜਾਂਦੀ ਹੈ ਉਹ ਸਾਨੂੰ ਲੁੱਟਣ ਦਾ ਟਾਈਮ ਸੀ, ਉਦੋਂ ਝੋਨਾ ਸਾਨੂੰ ਲਾਉਣ ਨਹੀਂ ਦਿੱਤਾ, ਉਹਦੀ 20 ਤਰੀਕ ਕਰਤੀ ਸਾਨੂੰ, ਇਹ 20 ਤਰੀਕ ਨੂੰ ਲਾਟ ਦਿੱਤੀ ਹੈ, ਜਿਸ ਕਾਰਨ